जबलपुर कौर जी कदों है थोड़ा मिनी गैस्ट्रिक बायपास ऑपरेशन 10 मई 6 महीने हो गए ना 6 महीने हो गए कितना बार सी था ऑपरेशन तो पहला 1.8 किलो आज कितना 85 किलो 23 किलो पार कट गए ना थोड़ा हां जी ते और की दिक्कत थी की थोनो ऑपरेशन तो पहला दिक्कत सा बहुत ज्यादा चढ़दा सी हां जी ते फैट भी सी अच्छा तो रेड़े वाली सी रात में कराड़े बजदे सी ਤੁਰਿਆ ਨਾ ਸੀ ਜਾਂਦਾ ਜਿੱਦਾਂ ਨੀ ਮਤਲਬ 15-20 ਕਦਮ ਤੋਂ ਬਾਅਦ ਬਹੁਤ ਜ਼ਿਆਦਾ ਸਾਹ ਚੜ ਜਾਂਦਾ ਸੀ ਆਪਰੇਸ਼ਨ ਤੋਂ ਬਾਅਦ ਕਿਵੇਂ ਹੈ ਹਾਂ ਉਦੋਂ ਤਾਂ ਠੀਕ ਹੈ ਸ਼ੂਗਰ ਵੀ ਸੀ ਬਲੱਡ ਪ੍ਰੈਸ਼ਰ ਅੱਛਾ ਸ਼ੂਗਰ ਕਿੰਨੀ ਪੁਰਾਣੀ ਸੀ ਤੁਹਾਡੀ ਸ਼ੂਗਰ ਤਾਂ 4 ਸਾਲ ਪੁਰਾਣੀ ਸੀ ਬਲੱਡ ਪ੍ਰੈਸ਼ਰ ਤਾਂ 15 ਸਾਲ ਤੋਂ ਸੀ ਕੀ ਲੈਂਦੇ ਸੀ ਤੁਸੀਂ ਸ਼ੂਗਰ ਨੂੰ ਕੰਟਰੋਲ ਕਰ ਲਈ 2 ਗੋਲੀਆਂ ਸਵੇਰੇ ਆਪਰੇਸ਼ਨ ਤੋਂ ਬਾਅਦ ਕਿਵੇਂ ਸ਼ੂਗਰ ਤੁਹਾਡੀ ਉਹ ਉਸੇ ਦਿਨ ਤੋਂ ਬੰਦ ਹੈ ਆਪਰੇਸ਼ਨ ਵਾਲੇ ਦਿਨ ਤੋਂ ਕੋਈ ਗੋਲੀ ਕੋਈ ਨਹੀਂ ਮੈਨੂੰ ਸ਼ੂਗਰ ਨਾਰਮਲ ਰਹਿੰਦੀ ਹੈ ਸ਼ੂਗਰ ਤੁਹਾਡੀ ਠੀਕ ਹੋ ਗਈ ਹੈ ਨਾ ਹਾਂਜੀ ਤੇ ਹੋਰ ਕੋਈ ਦਿੱਕਤ ਨਹੀਂ ਹੈ ਆਪਰੇਸ਼ਨ ਤੋਂ ਬਾਅਦ ਕੋਲੇਸਟ੍ਰੋਲ ਸੀ ਉਹ ਵੀ ਠੀਕ ਹੈ ਉਸ ਦਿਨ ਤੇ ਬੰਦ ਹੈ ਗੋਲੀ ਅੱਛਾ ਠੀਕ ਹੈ ਹਾਂਜੀ ਤੇ ਜਿੱਦਾਂ ਆਪਣੇ ਨੂੰ ਹਲਕਾ ਮਹਿਸੂਸ ਕਰਦੀ ਹਾਂ ਪਹਿਲਾਂ ਬਹੁਤ ਪ੍ਰੋਬਲਮ ਦੇ ਸੀ ਆਂਦੇ ਠੀਕ ਹੈ ਹੁਣ ਜਿੱਦਾਂ ਮੈਂ ਤੁਰ ਵੀ ਕਰ ਲੈਂਦੀ ਹਾਂ ਲਗਭਗ 1/2 ਕਿਲੋਮੀਟਰ ਪਰ ਪਹਿਲਾਂ ਤਾਂ ਮੈਂ ਘਰ ਆਪਣੇ ਬਾਥਰੂਮ ਤੱਕ ਮਸੀ ਜਾਂਦੀ ਸੀ ਸਾਰ ਛੱਡ ਜਾਂਦਾ ਸੀ ਹੁਣ ਵਧੀਆ ਮਹਿਸੂਸ ਕਰਦੀ ਹਾਂ ਵਧੀਆ ਮਹਿਸੂਸ ਤੇ ਕੋਈ ਹੋਰ ਦਿੱਕਤ ਤਾਂ ਨਹੀਂ ਆਪਰੇਸ਼ਨ ਤੋਂ ਬਾਅਦ ਨਹੀਂ ਦਿੱਕਤ ਕੋਈ ਨਹੀਂ ਉਲਟੀ ਤਾਂ ਨਹੀਂ ਆਉਂਦੀ ਤੁਹਾਨੂੰ ਨਹੀਂ ਮੈਨੂੰ ਨਹੀਂ ਕਦੇ ਆਈ ਕਹਿ ਦਿੰਦੇ ਲੋਕ ਕਈ ਕਿਸੇ ਨੂੰ ਆਉਂਦੀ ਪਰ ਮੈਨੂੰ ਨਹੀਂ ਕਦੇ ਆਈ ਮਲਟੀ ਵਿਟਾਮਿਨ ਲੈ ਰਹੇ ਹੋ ਆਪਣੇ ਰੈਗੂਲਰਲੀ ਹਾਂਜੀ ਉਹ ਰੋਜ਼ ਇੱਕ ਲੈਂਦੇ ਠੀਕ ਹੈ ਤੇ ਆਪਣੇ ਬਲੱਡ ਦੇ ਟੈਸਟ ਵੀ ਤੁਸੀਂ ਰੈਗੂਲਰਲੀ ਕਰਾਉਂਦੇ ਰਹਿਣਾ ਤੇ ਡਾਈਟ ਵੀ ਹੈਲਦੀ ਲੈਣੀ ਠੀਕ ਹੈ ਜੀ ਠੀਕ ਹੈ